ਪ੍ਰੋਗਰਾਮ ਨਾਲ ਦਰਦਸ਼ਕਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਰ। ਅੱਜ ਆਪਾਂ ਸਿਨੇਮੇ ਦੀ ਗੱਲ ਕਰਾਂਗੇ। ਸਿਨੇਮਾ ਸਾਡੀ ਜਿਹੜੀ ਰੀਅਲ ਜ਼ਿੰਦਗੀ ਦੀ ਰੀਲ ਹੈ। ਤੇ ਇੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਆ ਨਵੀਆਂ ਪੁਰਾਣੀਆਂ ਪੈੜਾਂ ਜਿਹੜੀਆਂ ਆਪਸ ਵਿੱਚ ਸਾਂਝ ਰੱਖਦੀਆਂ। ਅੱਜ ਨਵੀਂ ਪੈੜ ਨਵੀਂ ਉਮੀਦ ਨਵੀਂ ਆਸ ਲੈ ਕੇ ਦੀਪ ਸੈਗਲ ਸਾਡੇ ਨਾਲ ਮੌਜੂਦ ਰਹਿਣਗੇ। ਉਹਨਾਂ ਤੋਂ ਉਹਨਾਂ ਦੇ ਸਫ਼ਰ ਦੀ ਸ਼ੁਰੂਆਤ ਦੀ ਗੱਲ ਸਿੱਖਣ ਦੀ ਗੱਲ ਤੇ ਸਾਰੀਆਂ ਗੱਲਾਂ ਜਾਣਾਂਗੇ ਸਭ ਤੋਂ ਪਹਿਲਾਂ ਤੇ ਸਵਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਹੁਤ ਵਧੀਆ ਦੀਪ ਨੇ ਜਦੋਂ ਸੁਪਨਾ ਲਿਆ ਕਿ ਮੈਂ ਸਿਨੇਮੇ ਦੇ ਵੱਡੇ ਪਰਦੇ ਤੱਕ ਜਾਣਾ ਹੈ ਇਹ ਸੁਪਨਾ ਕਦੋਂ ਲਿਆ ਤੇ ਲੈਣ ਦਾ ਕਾਰਨ ਕੀ ਸੀ ਸਰ ਪਾਜੀ ਜੇ ਜਦੋਂ ਸੁਪਨਾ ਆਉਂਦਾ ਮੈਨੂੰ ਲੱਗਦਾ ਕੋਈ ਕਾਰਨ ਨਹੀਂ ਹੁੰਦਾ ਸੁਪਨਾ ਬਸ ਇੱਕ ਆ ਜਾਂਦਾ ਹੈ ਕੋਈ ਚੀਜ਼ ਨੂੰ ਜਦੋਂ ਆਪਾਂ ਵੇਖਦੇ ਆ ਆਪਨ ਲੱਗਦਾ ਕਿ ਇਹ ਚੀਜ਼ ਜਿਹੜੀ ਕੋਈ ਵੀ ਕੁਝ ਕੁਝ ਵੀ ਚੀਜ਼ ਜਿੱਦਾਂ ਕਿ ਆ ਤੁਸੀਂ ਕਿਹਾ ਕਿ ਸਿਨੇਮਾ ਦੀ ਅਸੀਂ ਗੱਲ ਕਰਦੇ ਹੈਗੇ ਹਾਂ ਜਦੋਂ ਆਪਾਂ ਇੱਕ ਸੁਪਨਾ ਲੈਨੇ ਆ ਤੇ ਕਿਵੇਂ ਆਪਾਂ ਇਹ ਚੀਜ਼ ਨੂੰ ਸੋਚ ਲੈਂਦੇ ਕਿ ਅਸੀਂ ਇਹ ਚੀਜ਼ ਕਰਨੀ ਹੈਗੀ ਆ ਸੋ ਜਦੋਂ ਕਾਲਜ 'ਚ ਬੰਦਾ ਪੜ ਰਿਹਾ ਹੈ ਅੱਲੜ ਉਮਰ ਹੁੰਦੀ ਹੈ ਜਦੋਂ ਹਨਾ ਤੇ ਉਹਦੇ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਬਟ ਯੈਸ ਤੁਹਾਨੂੰ ਕੁਝ ਨਾ ਕੁਝ ਇੱਕ ਨਾ ਅੰਦਰੋਂ ਅਹਿਸਾਸ ਹੋ ਜਾਂਦਾ ਹੁੰਦਾ ਹੈ ਕਿ ਆਹ ਚੀਜ਼ ਮੈਂ ਕਰਨੀ ਹੈ ਔਰ ਸ਼ਾਇਦ ਮੈਂ ਇਸ ਚੀਜ਼ ਲਈ ਬਣਿਆ ਹੈਗਾ ਵਾ ਤੇ ਜਦੋਂ ਕਾਲਜ ਪੜ੍ਹਦੇ-ਪੜ੍ਹਦੇ ਸਮੇਂ ਯੂਥ ਫੈਸਟੀਵਲ ਚ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਲੱਗਾ ਕਿ ਆਹੀ ਚੀਜ਼ ਕਰਨੀ ਹੈ ਮੈਨੂੰ ਨਹੀਂ ਮੈਂ ਕਦੀ ਸੋਚਿਆ ਨਹੀਂ ਸੀ ਕਿ ਇਹ ਚੀਜ਼ਾਂ ਇਦਾਂ ਹੋਣਗੀਆਂ ਜਾਂ ਮੈਂ ਵੱਡੇ ਪੱਧਰੇ ਤੇ ਪਹੁੰਚਾਂਗੀ ਜਾਂ ਕਿਵੇਂ ਕਰੂੰਗੀ ਬਸ ਇੰਨਾ ਸੀ ਕਿ ਕੈਮਰੇ ਦੇ ਅੱਗੇ ਆਣਾ ਜੋ ਕੈਮਰੇ ਦੇ ਅੱਗੇ ਆ ਕੇ ਜਾਂ ਪਰਫਾਰਮ ਕਰਕੇ ਜੋ ਖੁਸ਼ੀ ਮਿਲਦੀ ਹੈਗੀ ਸੀ ਉਦੋਂ ਇਸ ਟੀਜ਼ ਨੇ ਇੱਕ ਕਹਿ ਦੋ ਕਿ ਇੱਕ ਇਹੋ ਜਿਹਾ ਸਵਾਦ ਆਇਆ ਜਾਂ ਇੱਕ ਇਹੋ ਜਿਹੀ ਇੱਕ ਸੈਟੀਸਫੈਕਸ਼ਨ ਲਗਨ ਲਗਨ ਲਾਤੀ ਇੱਕ ਇਹੋ ਜਿਹੀ ਲਗਨ ਅੰਦਰ ਲੱਗੀ ਕਿ ਕਰਨਾ ਹੈ ਤੇ ਇਹੀ ਕਰਨਾ ਹੈ ਬਸ ਅਗਲਾ ਸਟੈਪ ਹੁੰਦਾ ਜਦੋਂ ਬੰਦੇ ਦੇ ਅੰਦਰ ਇਹ ਚਿੰਗ ਪੈਦਾ ਹੋ ਜਾਂਦੀ ਹੈ ਤਾਂ ਬੰਦਾ ਸਟੇਜ ਤੇ ਆਉਂਦਾ ਹੈ ਥੀਏਟਰ ਨਾਲ ਜੁੜਦਾ ਹੈ ਇਹ ਸੁਭਾਅ ਕਿ ਮੇਰੇ ਏ ਵੀ ਬਸ ਜਦੋਂ ਮੈਨੂੰ ਇਹ ਲੱਗਦਾ ਹੈ ਕਿ ਕੁਝ ਵੀ ਚੀਜ਼ਾਂ ਨਾ ਅਸੀਂ ਆਪਣੀ ਸੋਚਦੇ ਪਰਮਾਤਮਾ ਤੁਹਾਨੂੰ ਉੱਥੋਂ ਤੱਕ ਲੈ ਕੇ ਜਾਂਦਾ ਹੈਗਾ ਮੈਂ ਤਾਂ ਚੁੱਪ ਕਰਕੇ ਆ ਉਹਦਾ ਪੜ ਰਹੀ ਸੀ ਪਰਦੇ ਪਰਦੇ ਹੀ ਬਸ ਕਾਲਜ ਦੇ ਵਿੱਚ ਜਿੱਦਾਂ ਇੱਕ ਸਬਬ ਬਣਿਆ ਲਾ ਲੋ ਜਾਂ ਇੱਕ ਸਿਚੁਏਸ਼ਨ ਇਦਾਂ ਦੀ ਹੋਈ ਕਿ ਟੀਚਰਸ ਆਏ ਉਹਨਾਂ ਨੇ ਆਪੇ ਸਿਲੈਕਟ ਕਰ ਲਿਆ ਆਪੇ ਅਸੀਂ ਆਡੀਟੋਰੀਅਮ ਦੇ ਵਿੱਚ ਚਲੇ ਗਏ ਕਿ ਹਾਂਜੀ ਤੁਸੀਂ ਆਓ ਉੱਥੇ ਪਰਫਾਰਮ ਕਰਤਾ ਤੇ ਉਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਜਦੋਂ ਹੋਣੀਆਂ ਸ਼ੁਰੂ ਹੋਈਆਂ ਨਾ ਫਿਰ ਐਨ ਲੱਗਾ ਕਿ ਨਹੀਂ ਇਹੀ ਚੀਜ਼ ਕਰਨੀ ਹੈਗੀਆ ਸੋ ਇਸ ਸਬਬ ਆਪ ਮੈਂ ਨਹੀਂ ਡਿਸਾਈਡ ਕੀਤਾ ਸੀ ਕਿ ਮੈਂ ਜਾ ਕੇ ਜਾਂ ਮੈਂ ਕੋਈ ਆਡੀਸ਼ਨ ਦੇਵਾ ਕੀਤਾ ਇਹ ਚੀਜ਼ਾਂ ਆਟੋਮੈਟਿਕਲੀ ਮੇਰੇ ਕੋਲ ਆਈਆਂ ਫਿਰ ਉਸ ਅੰਦਰ ਹੁੰਦੀ ਹੈ ਅੰਦਰ ਹਾਂ ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਅੱਛਾ ਆ ਚੀਜ਼ ਮੈਂ ਕਰਨੀ ਹੈ ਤੁਸੀਂ ਸੁਪਨੇ ਦੀ ਗੱਲ ਕੀਤੀ ਸੁਪਨਾ ਆਪੇ ਆ ਜਾਂਦਾ ਹ ਹ ਪਰ ਜਦੋਂ ਉਹਨੂੰ ਪੂਰਾ ਕਰਨ ਲਈ ਅਸੀਂ ਜ਼ਿੰਦਗੀ ਦੇ ਟਰੈਕ ਤੇ ਉਤਰਦੇ ਹਾਂ ਉਦੋਂ ਪਤਾ ਲੱਗਦਾ ਵੀ ਆ ਸੁਪਨਾ ਇਹੋ ਜਿਹਾ ਸੀ ਹ ਜਦੋਂ ਸੁਪਨਾ ਲੈ ਕੇ ਤੁਸੀਂ ਚੰਡੀਗੜ੍ਹ ਵੱਲ ਆਏ ਹੋ ਹ ਫਿਲਮ ਰਸਤੀ ਚ ਪੈਰ ਧਰਿਆ ਹਾਂਜੀ ਉਸ ਸੁਪਨੇ ਦੇ ਵਿੱਚ ਫਿਰ ਚੁਣੌਤੀਆਂ ਕਿਹੜੀਆਂ ਵੇਖੀਆਂ ਦੇਖੋ ਕੋਈ ਵੀ ਚੀਜ਼ ਨਾ ਤੁਹਾਨੂੰ इजीली ਨਹੀਂ ਮਿਲਦੀ ਕੋਈ ਅਗਰ ਜਿੰਨੀ ਚੀਜ਼ ਵੱਡੀ ਹੋਊਗੀ ਨਾ ਜਿੰਨਾ ਤੁਸੀਂ ਚੀਜ਼ ਨੂੰ ਵੱਡੀ ਚੀਜ਼ ਨੂੰ ਪਾਣਾ ਚਾਹੁੰਦੇ ਨੇ ਉਹਦੇ ਪਿੱਛੇ ਉਨਾ ਹੀ ਸੈਕਰੀਫਾਈਸ ਹੋਊਗਾ ਉਹਦੇ ਪਿੱਛੇ ਉਨਾ ਹੀ ਹਾਰਡਵਰਕ ਹੋਊਗਾ ਉਹਦੇ ਪਿੱਛੇ ਉਨੀ ਹੀ ਡੈਡੀਕੇਸ਼ਨ ਹੋਊਗੀ ਸੋ ਜਦੋਂ ਆਪਾਂ ਕਹਿੰਦੇ ਨੇ ਕਿ ਕੁਝ ਨਵੀਂ ਫੀਲਡ ਦੇ ਵਿੱਚ ਜਾਣਾ ਹੈ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕਿੱਦਾਂ ਇਸ ਚੀਜ਼ ਨੂੰ ਹਾਸਲ ਕਰੋਗੇ ਜਾਂ ਕਿੱਦਾਂ ਸਾਰੀਆਂ ਚੀਜ਼ਾਂ ਹੋਣਗੀਆਂ ਬਟ ਤੁਹਾਨੂੰ ਇੱਕ ਚੀਜ਼ ਪਤਾ ਹੁੰਦੀ ਹੈ ਜੋ ਤੁਹਾਡੇ ਕੰਟਰੋਲ 'ਚ ਹੁੰਦੀ ਹੈ ਉਹ ਤੁਹਾਡੀ ਮਿਹਨਤ ਤੁਹਾਡੀ ਲਗਨ ਉਹ ਤੁਹਾਡੇ ਜਦੋਂ ਹੱਥ 'ਚ ਹੁੰਦੀ ਹੈ ਨਾ ਫਿਰ ਤੁਸੀਂ ਹੌਲੀ-ਹੌਲੀ ਜਿਵੇਂ ਚੱਲਦੇ ਜਾਂਦੇ ਹੋ ਚੱਲਦੇ ਜਾਂਦੇ ਹੋ ਪਰਮਾਤਮਾ ਆਟੋਮੈਟਿਕਲੀ ਤੁਹਾਨੂੰ ਉਹਨਾਂ ਉਹਨਾਂ ਬੰਦਿਆਂ ਨਾਲ ਮਿਲਾ ਦਿੰਦਾ ਹੈ ਉਹੋ ਜਿਹਾ এনवायरमेंट ਪੈਦਾ ਕਰ ਦਿੰਦਾ ਹੈ ਉਹੋ ਜਿਹੀਆਂ ਚੀਜ਼ਾਂ ਤੁਹਾਡੇ ਹੱਥ 'ਚ ਆਨ ਲੱਗ ਜਾਂਦੀਆਂ ਨੇ ਜਿੱਥੋਂ ਤੁਹਾਨੂੰ ਲੱਗਦਾ ਕਿ ਚਾ ਇਹ ਚੀਜ਼ਾਂ ਇਦਾਂ ਕਾਲਜ ਵਾਲੀ ਦੀਪ ਨੇ ਜਦੋਂ ਇੱਥੇ ਉੱਥੇ ਸੋਚਿਆ ਵੀ ਲੈ ਆਪਾਂ ਤਾਂ 시ਨੇਮੇ 'ਚ ਜਾਵੜਨੇ ਹੁਣ ਹਮ ਇੱਥੇ ਆ ਗਈ ਕੀ ਕੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿ ਨਹੀਂ ਆਪ ਸੁਪਨਾ ਤਾਂ ਲੈ ਲਿਆ ਸੀ ਆਹ ਚੀਜ਼ਾਂ ਵੀ ਸਿੱਖਣੀਆਂ ਸੀ ਆਹ ਵੀ ਕਰਨਾ ਸੀ ਆ ਕੀ ਕੀ ਆਪਦੇ ਵਿੱਚ ਬਦਲਾਵ ਲਿਆਂਦੇ ਦੇਖੋ ਜਦੋਂ ਥੋੜਾ ਸਵਾਲ ਬਹੁਤ ਵਧੀਆ ਹੈਗਾ ਪਹਿਲਾਂ ਤਾਂ ਕਿ ਜਦੋਂ ਆਪਾਂ ਇੱਕ ਚੀਜ਼ ਸੋਚ ਲੈਨੇ ਆ ਹਨਾ ਆ ਚੀਜ਼ ਕਰਨੀ ਹੈ ਬਟ ਉਹਦੇ ਪਿੱਛੇ ਕੀ ਕੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਜਿਵੇਂ ਮੈਂ ਇਸ ਸਫਰ ਤੇ ਚਲਦੀ ਗਈ ਚਲਦੇ ਗਈ ਕੁਝ ਚੀਜ਼ਾਂ ਸੀ ਜੋ ਮੈਨੂੰ ਲੱਗਦਾ ਸੀ ਕਿ ਅੱਛਾ ਇਹ ਚੀਜ਼ਾਂ ਮੇਰੇ 'ਚ ਹੋਣੀਆਂ ਚਾਹੀਦੀਆਂ ਨੇ ਬਦਲਾਵ ਲਿਆਉਂਦਾ ਹਨਾ ਹਰ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਡਿੰਗਾਈ ਦੇ ਨਾਲ ਦੇਖਣਾ ਸ਼ੁਰੂ ਕੀਤਾ ਕੰਮ ਦੇ ਉੱਤੇ ਆਪ ਦਾ ਜਿਹੜੇ ਸਕਿਲਸ ਹੈਗੇ ਸੀ ਉਹਨਾਂ ਨੂੰ ਉਹਨਾਂ ਨੂੰ ਪਾਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਬੰਬਈ ਗਈ ਉੱਥੋਂ ਕਲਾਸਿਸ ਲੈਂਦੀਆਂ ਵਰਕਸ਼ਾਪਸ ਲਗਾਈਆਂ ਆਪ ਦੇ ਆਪ ਤੇ ਕੰਮ ਕੀਤਾ ਕੰਮ ਨੂੰ ਬਰੀਕੀ ਦੇ ਨਾਲ ਦੇਖਣਾ ਸ਼ੁਰੂ ਕੀਤਾ ਕਿ ਅੱਛਾ ਅਗਰ ਮੈਂ ਆ ਚੀਜ਼ ਕਰ ਦਿਆਂ ਤੇ ਇਹਨੂੰ ਕਿੱਦਾਂ ਕੀਤਾ ਜਾ ਸਕਦਾ ਹੈਗਾ ਸੋ ਥੋੜੀ ਜੇ ਮੈਨੂੰ ਲੱਗਦਾ ਕਿ ਅਗਰ ਤੁਸੀਂ ਆਪਣੇ ਕੰਮ ਦੇ ਲਈ ਬਹੁਤ ਜ਼ਿਆਦਾ ਡੈਡੀਕੇਟਿਡ ਹੋ ਨਾ ਕਿਤੇ ਨਾ ਕਿਤੇ ਤੁਹਾਨੂੰ ਚੀਜ਼ਾਂ ਦੇਖੀ ਜਾਂਦੀਆਂ ਹੈਗੀਆਂ ਨੇ ਤੇ ਸਮੇਂ ਦੇ ਨਾਲ ਮੈਨੂੰ ਇਹ ਲੱਗਦਾ ਕੋਈ ਵੀ ਇਨਸਾਨ ਸੇਮ ਨਹੀਂ ਰਹਿੰਦਾ ਸਮੇਂ ਦੇ ਨਾਲ ਹਮੇਸ਼ਾ ਗਰੋ ਕਰਦਾ ਰਹਿੰਦਾ ਹੈਗਾ ਔਰ ਆਈ ਥਿੰਕ ਗਰੋ ਕਰਨਾ ਵੀ ਇੱਕ ਹਰ ਇਨਸਾਨ ਨੂੰ ਗਰੋ ਕਰਨਾ ਹੀ ਚਾਹੀਦਾ ਹੈਗਾ ਇਨ ਟਰਮਸ ਆਫ ਨਾਟ ਫਾਈਨੈਂਸ਼ਲੀ ਮਤਲਬ ਸੈਲਫ ਗਰੂਮਿੰਗ ਦੀ ਜੀ ਮੈਂ ਗੱਲ ਕਰਦੀ ਆ ਜਿੱਥੋਂ ਤੁਸੀਂ ਚਲ ਕੇ ਚੰਡੀਗੜ੍ਹ ਆਏ ਹੋ ਉਥੇ ਹਰੀ ਝੰਡੀ ਘਰੋਂ ਮਿਲਣੀ ਔਖੀ ਹੁੰਦੀ ਹੈ ਦੀਪ ਨੂੰ ਹਰੀ ਝੰਡੀ ਦਾ ਕੀ ਹਾਲ ਰਿਹਾ ਪਹਿਲਾਂ ਤਾਂ ਕਹਿੰਦੇ ਸੀ ਕਿ ਵਿਆਹ ਕਰਨਾ ਹੈ ਵਿਆਹ ਕਰਨਾ ਤੇ ਮੈਂ ਹਮੇਸ਼ਾ ਸ਼ੁਰੂ ਤੋਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਵਿਆਹ ਹੀ ਤਾਂ ਹਰੀ ਝੰਡੀ ਸੀਗੀ ਉਗੀ ਕਹਿ ਰਹੀ ਹੈ ਨਾ ਕਿ ਘਰ ਦੇ ਕਹਿੰਦੇ ਸੀ ਕਿ ਵਿਆਹ ਕਰਨਾ ਹੈ ਤੇ ਮੈਨੂੰ ਉਹ ਚੀਜ਼ ਮਨਜ਼ੂਰ ਨਹੀਂ ਸੀ ਕਿ ਮੈਂ ਵਿਆਹ ਕਰਨਾ ਹੈਗਾ ਕਿਉਂਕਿ ਮੇਰੇ ਆਲੇ ਦੁਆਲੇ ਜਿੰਨੇ ਵੀ ਮੈਂ ਕਹਿ ਸਕਦੀ ਮੇਰੀਆਂ ਭੈਣਾਂ ਲਾ ਲਓ ਜਾਂ ਮੇਰੀਆਂ ਫਰੈਂਡਸ ਲਾ ਲਓ ਸਭ ਦੇ ਵਿਆਹ ਹੋ ਚੁੱਕੇ ਹੋਏ ਸੀ ਤੇ ਪਰ ਮੈਨੂੰ ਆਇਆ ਸੀ ਕਿ ਮੈਂ ਉਹ ਚੀਜ਼ ਨਹੀਂ ਕਰਨੀ ਜੋ ਸਾਰੇ ਕਰਦੇ ਨੇ ਮੈਂ ਕੁਝ हट ਕੇ ਕਰਨਾ ਤੇ ਚੰਡੀਗੜ੍ਹ ਮੈਨੂੰ ਲੱਗਾ ਕਿ ਹਾਂ ਮੇਰੇ ਉਸ ਚੀਜ਼ ਦੇ ਵੱਲ ਅਗਰ ਮੈਂ ਇੱਥੋਂ ਚਲੇ ਜੂੰਗੀ ਕਮੈ ਸ਼ਾਇਦ ਆਉਦਾ ਕਿ ਤਨਾ ਕਿਤੇ ਜਿਹੜਾ ਚਾਂਸ ਹੈਗਾ ਆਪਣੇ ਡ੍ਰੀਮ ਨੂੰ ਪੂਰਾ ਕਰਨ ਦਾ ਪੂਰਾ ਕਰ ਲੂੰਗੀ ਤੇ ਹਰੀ ਝੰਡੀ ਜਿਹੜੀ ਘਰਦਿਆਂ ਦੀ ਸੀ ਮੇਰੀ ਮੰਮਾ ਹਮੇਸ਼ਾ ਬਹੁਤ ਜ਼ਿਆਦਾ ਸਪੋਰਟਿਵ ਰਹੇ ਭਾਜੀ ਤੇ ਮੈਂ ਉਸ ਚੀਜ਼ ਦੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਮੇਰੀ ਮੰਮੀ ਹਮੇਸ਼ਾ ਹੀ ਮੈਨੂੰ ਇਹ ਚੀਜ਼ ਕਹਿੰਦੇ ਹੁੰਦੇ ਸੀ ਕਿ ਜੇ ਮੈਂ ਜ਼ਿੰਦਗੀ ਵਿੱਚ ਕੁਝ ਨਹੀਂ ਕੀਤਾ ਨਾ ਤੂੰ ਕਰਨਾ ਚਾਹਦੀ ਆ ਨਾ ਤੂੰ ਕਰ ਕੋਈ ਚੱਕਰ ਨਹੀਂ ਮੈਂ ਤੇਰੇ ਨਾਲ ਆ ਤੇ ਬਸ ਉਹਨਾਂ ਦੀ ਬਦੌਲਤ ਹੀ ਆ ਅੱਜ ਮੈਂ ਇੱਥੇ ਬੈਠੀ ਨਹੀਂ ਆ ਹਾਂਜੀ ਇੱਥੇ ਆ ਕੇ ਚੰਗੇ ਲੋਕ ਇਨੋਂ ਅਸੀਂ ਦੋਸਤ ਕਹਿ ਸਕਦੇ ਹਾਂ ਜਿਨ੍ਹਾਂ ਨਾਲ ਬੜਾ ਸਹਿਜਲੀ ਰਿਸ਼ਤਾ ਬਣ ਜੇ ਹਾਂਜੀ ਸਹਿਜਲੀ ਰਿਸ਼ਤਾ ਤਾਂ ਬਣ ਜਾਂਦਾ ਤਿੰਨ ਕੁ ਮਹੀਨਿਆਂ ਚ ਨਿਭਾਉਣਾ ਛਿਲਕੇ ਉੱਤਰ ਜਾਂਦੇ ਆ ਥੱਲੇ ਉਸਲੀ ਰਾਈਟ ਇਹ ਸਫ਼ਰ ਕਿਵੇਂ ਰਿਹਾ ਕਿਉਂਕਿ ਕੁੜੀਆਂ ਦਾ ਬਹੁਤ ਜਿਹੜਾ ਹੁੰਦਾ ਦੋਸਤੀ ਹੈ ਜਿਹੜੀ ਸ਼ਬਦ ਕੁੜੀਆਂ ਦੇ ਫਿੱਟ ਨਹੀਂ ਬੈਠਦਾ ਰਾਈਟ ਰਾਈਟ ਇਹ ਇਹ ਸਿਨੇਮੇ ਨੂੰ ਜਾਂ ਫਿਲਮੀ ਦੁਨੀਆ ਨੂੰ ਵੀ ਦੇਖਿਆ ਜਾਂਦਾ ਕਿ ਦੋਸਤੀਆਂ ਨਹੀਂ ਕੰਮ ਆਉਂਦੀਆਂ ਤੁਹਾਡਾ ਸਫ਼ਰ ਕਿਵੇਂ ਰਿਹਾ ਬਹੁਤ ਟਫ ਸੀ ਭਾਜੀ ਜਦੋਂ ਸ਼ੁਰੂ ਸ਼ੁਰੂ ਤੋਂ ਜਦੋਂ ਵੈਸੇ ਵੀ ਇੱਕ ਮੈਨੂੰ ਲੱਗਦਾ ਇੱਕ ਨਾਰਮਲ ਕੁੜੀ ਦੀ ਵੀ ਅਗਰ ਮੈਂ ਗੱਲ ਕਰਾਂ ਇਹ ਕੁੜੀਆਂ ਦੀ ਵੀ ਗੱਲ ਕਰਾਂ ਜਦੋਂ ਇੱਕ ਤੁਸੀਂ ਛੋਟੇ ਸ਼ਹਿਰ ਤੋਂ ਉੱਠ ਕੇ ਇੱਕ ਵੱਡੇ ਸ਼ਹਿਰ ਚ ਆਉਂਦੇ ਹੈਗੇ ਹੋ ਨਾ ਤੁਹਾਡੇ 'ਚ ਇੱਕ ਇਨੋਸੈਂਸ ਹੁੰਦੀ ਹੈ ਕਿੱਥੇ ਵੀ ਤੁਸੀਂ ਇੱਕ ਛੋਟੇ ਛੋਟੇ ਛੋਟੀ ਜਗ੍ਹਾ ਤੋਂ ਵੱਡੀ ਜਗ੍ਹਾ ਤੇ ਜਾਓਗੇ ਨਾ ਇੱਕ ਤੁਹਾਨੂੰ ਸਮਝ ਨਹੀਂ ਹੁੰਦੀ ਲਾਲੋ ਕਿ ਇੱਕ ਬੰਦਾ ਦਿਲ ਤੋਂ ਹੀ ਸੋਚਦਾ ਹਰ ਚੀਜ਼ ਦਿਲ ਤੋਂ ਹੀ ਤੁਸੀਂ ਸੋਚਦੇ ਹੋ ਕਿ ਅੱਛਾ ਆ ਚੀਜ਼ ਇਦਾਂ ਹੈ ਤੇ ਇਦਾਂ ਹੀ ਹੋਊਗੀ ਹਨਾ ਏ ਸ਼ਾਇਦ ਇਦਾਂ ਹੀ ਹੁੰਦਾ ਹੈਗਾ ਸੋ ਜਿਹੜਾ ਪਹਿਲਾ ਵਾਲਾ ਸਫਰ ਮੈਂ ਕਹਾਂਗੀ ਉਦੋਂ ਬਹੁਤ ਜ਼ਿਆਦਾ ਦਿਲ ਵੀ ਟੁੱਟੇ ਨੇ ਦਿਲ ਇਦਾਂ ਟੁੱਟੇ ਨੇ ਕਿ ਜਿੰਦ ਤੇ ਵਿਸ਼ਵਾਸ ਕਰਨਾ ਤੁਹਾਨੂੰ ਪਤਾ ਲੱਗਣਾ ਕਿ ਅੱਛਾ ਇਹ ਚੀਜ਼ ਇਦਾਂ ਹੁੰਦੀਆਂ ਨੇ ਬਟ ਤੁਸੀਂ ਹੌਲੀ ਹੌਲੀ ਸਿੱਖਦੇ ਜਾਂਦੇ ਹੋ ਹੌਲੀ ਹੌਲੀ ਉਹਨਾਂ ਚੀਜ਼ਾਂ ਤੋਂ ਨਿਕਲਦੇ ਜਾਂਦੇ ਹੈਗੇ ਹੋ ਬਾਅਦ ਕਿ ਅੱਛਾ ਆ ਚੀਜ਼ ਇਦਾਂ ਨਹੀਂ ਹੁੰਦੀ ਮੈਂ ਔਰ ਮੈਂ ਸ਼ੁਰੂ ਤੋਂ ਨਾ ਬਹੁਤ ਜ਼ਿਆਦਾ ਇਮੋਸ਼ਨਲ ਰਹੀ ਆ ਬਹੁਤ ਹੀ ਜ਼ਿਆਦਾ ਔਰ ਹੁਣ ਵੀ ਆ ਔਰ ਮੈਨੂੰ ਇਹ ਲੱਗਦਾ ਕਿ ਇਹ ਮੇਰੀ ਵੀਕਨੈਸ ਨਹੀਂ ਹੈ ਮੇਰੀ ਸਟਰੈਂਥ ਆ ਕਿ ਮੈਂ ਇਮੋਸ਼ਨਲ ਹੈਗੀ ਆ ਉਹਨਾਂ ਚੀਜ਼ਾਂ ਦੇ ਕਿਉਂਕਿ ਕਿ ਜੇ ਇਨਸਾਨ ਚ ਇਮੋਸ਼ਨਸ ਨਹੀਂ ਹੋਣਗੇ ਤਾਂ ਉਹ ਇਨਸਾਨ ਹੀ ਨਹੀਂ ਹੈ ਨਹੀਂ ਜੋ ਅੰਦਰ ਰੋਕੇ ਖੜ ਦੇਣੇ ਹੋ ਨੀ ਰੋ ਕੇ ਪਹਿਲਾਂ ਮਤਲਬ ਸੋਖਾ ਹੁੰਦਾ ਤੁਸੀਂ ਆਪਦੇ ਆਪਦੇ ਜੋ ਇਮੋਸ਼ਨਸ ਨੂੰ ਬਾਹਰ ਕੱਢ ਦਿੰਦੇ ਹੋ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਚਾਹੇ ਤੁਸੀਂ ਜਿਮ ਜਾ ਕੇ ਕੱਢ ਦੋ ਚਾਹੇ ਤੁਸੀਂ ਰੋ ਕੇ ਕੱਢ ਦੋ ਚਾਹੇ ਤੁਸੀਂ ਪੜ ਕੇ ਕਰ ਲਓ ਜਾਂ ਕੁਝ ਵੀ ਕਰ ਲਓ ਜਿਹੜਾ ਸ਼ੁਰੂ ਵਾਲਾ ਸਮਾਂ ਸੀ ਬਹੁਤ ਜ਼ਿਆਦਾ ਮਤਲਬ ਤਕਲੀਫਾਂ ਵੀ ਹੋਈਆਂ ਬਹੁਤ ਜ਼ਿਆਦਾ ਹਾਰਟ ਬ੍ਰੇਕ ਵੀ ਹੋਏ ਬਹੁਤ ਜ਼ਿਆਦਾ ਆਪਦੇ ਆਪ ਨੂੰ ਇਦਾਂ ਵੀ ਲੱਗਾ ਯਾਰ ਕਿਉਂ ਕੀਤਾ ਇਦਾਂ ਕੀਤਾ ਪਰ ਜਦੋਂ ਤੁਸੀਂ ਆਪ ਦੀ ਇੱਕ ਜੋ ਤੁਸੀਂ ਹੈਗੇ ਹੋ ਨਾ ਜੋ ਤੁਸੀਂ ਰੀਅਲ ਰਹਿੰਦੇ ਹੈਗੇ ਹੋ ਨਾ ਨਾ ਕਿ ਆਪ ਆਪਣੇ ਆਪ ਨਾਲ ਜੋ ਤੁਸੀਂ ਸਹੀ ਰਹਿੰਦੇ ਹੋ ਨਾ ਤਾਂ ਪਰਮਾਤਮਾ ਆਟੋਮੈਟਿਕਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਚੀਜ਼ ਦੀ ਤੁਸੀਂ ਕ੍ਰੇਵਿੰਗ ਕਰ ਰਹੇ ਹੁੰਦੇ ਹੋ ਜਾਂ ਜੋ ਚੀਜ਼ ਦੀ ਤੁਸੀਂ ਅਰਦਾਸ ਕਰ ਰਹੇ ਹੁੰਦੇ ਹੋ ਮੈਨੂੰ ਆਪਦੇ ਹਾਲੇਦਵਾਲੀ ਇੰਦਨ ਤੇ ਪਰਮਾਤਮਾ ਬੰਦੇ ਪੇਜ ਤਾਂ ਪਰਮਾਤਮਾ ਫਿਰ ਤੁਹਾਨੂੰ ਉਹਨਾਂ ਉਹਨਾਂ ਬੰਦਿਆਂ ਨੂੰ ਆਟੋਮੈਟਿਕਲੀ ਤੁਹਾਡੀ ਜ਼ਿੰਦਗੀ ਚ ਭੇਜ ਦਿੰਦਾ ਐਂਡ ਆਮ ਸੋ ਗ੍ਰੇਟਫੁਲ ਕਿ ਜਿਹੜੀਆਂ ਚੀਜ਼ਾਂ ਦੇ ਲਈ ਮੈਂ ਕ੍ਰੀਵ ਕਰਦੀ ਸੀ ਜਾਂ ਮੈਨੂੰ ਹੁੰਦਾ ਸੀ ਕਿ ਮੇਰੀ ਜ਼ਿੰਦਗੀ ਚ ਇਹੋ ਜਿਹਾ ਇਨਸਾਨ ਆਣ ਮੇਰੇ ਆਲੇ ਦੁਆਲੇ ਇਹੋ ਜਿਹਾ ਲੋਕ ਹੋਣ ਜਾਂ ਮੇਰੇ ਯਾਰ ਦੋਸਤ ਹੋਣ ਜਿਨ੍ਹਾਂ ਨੂੰ ਮੈਂ ਕਹਾਂ ਕਿ ਅੱਛਾ ਇਹ ਨੇ ਤੇ ਉਹ ਅੱਜ ਮੇਰੀ ਜ਼ਿੰਦਗੀ ਹੈਗੇ ਨੇ ਤੇ ਤੁਹਾਡੀ ਗੱਲ ਬਿਲਕੁਲ ਸਹੀ ਸੀ ਕਿ ਦੋਸਤੀ ਕਰਨਾ ਬਹੁਤ ਈਜ਼ੀ ਹੈਗਾ ਬਟ ਉਹਨੂੰ ਨਿਭਾਉਣ ਵਾਸਤੇ ਤੁਹਾਡੇ ਅੰਦਰ ਉਹ ਹਿੰਮਤ ਹੋਣੀ ਚਾਹੀਦੀ ਹੈ ਕਿਉਂਕਿ ਦੋਸਤੀ ਵੀ ਨਾ ਹਿੰਮਤ ਬਗੈਰ ਨਹੀਂ ਨਿਭਾਈ ਜਾਂਦੀ ਹੈਗੀ ਤੁਹਾਡੇ ਅੰਦਰ ਉਹ ਚੀਜ਼ ਹੋਣੀ ਚਾਹੀਦੀ ਹੈ ਕਿ ਮੈਂ ਇਸ ਬੰਦੇ ਨਾਲ ਆਪਣਾ ਜਿਹੜਾ ਰਿਸ਼ਤਾ ਰੱਖਣਾ ਹੈਗਾ ਆ ਭਾਵੇਂ ਜੋ ਮਰਜ਼ੀ ਹੋ ਜੇ ਇਹ ਨਹੀਂ ਕੋਈ ਲਾਲਚ ਆ ਜਾਂ ਕੁਝ ਵੀ ਆ ਇੱਕ ਪਿਆਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਮਾਪਿਓ ਨਾਲ ਆਪਦਾ ਖੂਨ ਦਾ ਰਿਸ਼ਤਾ ਹੁੰਦਾ ਹੈ ਭੈਣ ਭਰਾਵਾਂ ਨਾਲ ਖੂਨ ਦਾ ਰਿਸ਼ਤਾ ਹੁੰਦਾ ਬਟ ਜਿਹੜੀ ਯਾਰੀ ਦੋਸਤੀ ਹੈ ਉਹਦੇ ਵਿੱਚ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਬਟ ਉਹ ਜਿਹੜੀ ਫੀਲਿੰਗਸ ਹੁੰਦੀਆਂ ਨਾ ਉਹਨਾਂ ਤੋਂ ਵੀ ਵੱਧ ਹੁੰਦੀ ਹੈ ਬਚਾਰਾ ਦਾ ਰਿਸ਼ਤਾ ਜੇ ਅਸੀਂ ਆਪਦਾ ਕਹਿੰਦੇ ਨਾ ਅਸੀਂ ਮਾਪਿਓ ਨਾਲ ਲੜ ਲੜ ਲਾਂਗੇ ਅਸੀਂ ਬਟ ਅਸੀਂ ਉਹਨਾਂ ਤੋਂ ਅਲੱਗ ਤਾਂ ਨਹੀਂ ਹੁੰਦੇ ਨਾ ਸੋ ਯਾਰੀ ਦੋਸਤੀ ਵੀ ਇਦਾਂ ਹੀ ਹੈ ਜੇ ਕਿਸੇ ਨੂੰ ਤੁਸੀਂ ਆਪਦਾ ਦੋਸਤ ਕਹਿ ਹੀ ਦਿੱਤਾ ਜੇ ਕੋਈ ਗੱਲਬਾਤ ਹੋ ਵੀ ਗਈ ਤੇ ਉਹਨੂੰ ਲੈਟਡ ਬੀ ਕਰਕੇ ਆਈ ਥਿੰਕ ਉਸ ਇਨਸਾਨ ਨੂੰ ਆਪਦੇ ਕੋਲ ਰੱਖੋ ਜੋ ਤੁਹਾਨੂੰ ਲੱਗਦਾ ਹੈ ਕਿ ਯਾਰ ਇਹ ਮੇਰੇ ਲਈ ਅਨਮੋਲ ਹੈ ਇੱਕ ਚੀਜ਼ ਦੱਸਿਓ ਮੈਨੂੰ ਤੁਸੀਂ ਸਲੋ ਫੇਸ ਦੇ ਵਿੱਚੋਂ ਲੰਘ ਕੇ ਆਏ ਹੋ ਵੇਟ ਕੀਤੀ ਸਬਰ ਕੀਤਾ ਹਾਂਜੀ ਹਾਂਜੀ ਆਪਦੇ ਆਪ 'ਚ ਕੀ ਛੱਡਿਆ ਕੀ ਐਡ ਕੀਤਾ ਆਪਦੇ ਆਜ ਆਪਦੇ ਆਪ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਤਾਂ ਮੇਰੇ ਜੀ ਅਹਿਮ ਮੇਰੇ 'ਚ ਸਬਰ ਬਹੁਤ ਆ ਗਿਆ ਹੁਣ ਬਹੁਤ ਜ਼ਿਆਦਾ ਸਬਰ ਆ ਗਿਆ ਪਹਿਲਾਂ ਸ਼ੁਰੂ ਸ਼ੁਰੂ अर्ली एजज ਦੇ ਵਿੱਚ ਹੁੰਦਾ ਨਾ ਕਿਉਂ ਨਹੀਂ ਹੋ ਰਿਹਾ ਕਿੱਦਾਂ ਨਹੀਂ ਹੋ ਰਹੀਆਂ ਐਦਾਂ ਕਿਉਂ ਨਹੀਂ ਹੋ ਰਿਹਾ ਹਨਾ ਬਟ ਹਰ ਚੀਜ਼ ਦਾ ਇੱਕ ਸਮਾਂ ਤੈਅ ਹੈ ਜਦੋਂ ਉਸ ਸਮਾਂ ਆਉਂਦਾ ਹੈ ਨਾ ਉਹ ਤੋਂ ਆਪਣੇ ਆਪ ਹੀ ਚੀਜ਼ਾਂ ਸਹੀ ਹੋ ਜਾਂਦੀਆਂ ਨੇ ਇਹ ਸਭ ਤੋਂ ਵੱਡੀ ਮੇਰੇ ਚੀਜ਼ ਜੋ ਅੰਦਰ ਆਈ ਉਹ ਆਇਆ ਪੇਸ਼ੈਂਸ ਸਬਰ ਉਹ ਆਏ ਨੇ ਤੇ ਜਿਹੜਾ ਮੈਂ ਆਪਦੇ ਆਪ 'ਚ ਕਹਿ ਦੋ ਕਿ ਛੱਡਿਆ ਜਾਂ ਕਹਿ ਦੋ ਕੋਈ ਚੀਜ਼ ਛੱਡੀ ਤਾਂ ਮੈਂ ਐਦਾਂ ਆਪਦੇ ਆਪ 'ਚ ਮਤਲਬ ਇਹ ਚੀਜ਼ ਦੇ ਬਾਰੇ ਮੈਂ ਸੋਚਿਆ ਤਾਂ ਨਹੀਂ ਕਿ ਪਰ ਹਾਂ ਮੈਨੂੰ ਇੰਨਾ ਹੈ ਕਿ ਥੋੜੀ ਸਮਝ ਆ ਜਾਂਦੀ ਹੈ ਮੈਚਿਓਰਿਟੀ ਲੈਵਲ ਦੀ ਕਾਲੀ ਛੜਦੀ ਕਾਲੀ ਹਾਂਜੀ ਉਹੀ ਕਹਿ ਰਹੇ ਨਾ ਕਿ ਸਬਰ ਆ ਗਿਆ ਜਦੋਂ ਸਬਰ ਆ ਗਿਆ ਤਾਂ ਕਾਲੀ ਤਾਂ ਆਪੀ ਨਿੱਗਲ ਜਾਂਦੀ ਹੈ ਬਟ ਹਾਂਜੀ ਚੀਜ਼ਾਂ ਨੂੰ ਨਾ ਸਮਝਣ ਦੀ ਇੱਕ ਉਹ ਇੱਕ ਉਹ ਆ ਗਈ ਹੈ ਮੈਚਿਓਰਿਟੀ ਆ ਗਈ ਹੈ ਅਗਰ ਕਿ ਕੋਈ ਤੁਹਾਡੇ ਨਾਲ ਅਗਰ ਕੋਈ ਕੁਝ ਕਹਿ ਵੀ ਰਿਹਾ ਨਾ ਤੁਹਾਨੂੰ ਜਾਂ ਕੋਈ ਚੀਜ਼ ਤੁਹਾਡੇ ਨਾਲ ਬੁਰੀ ਕਰ ਵੀ ਰਿਹਾ ਤੁਸੀਂ ਪਰਮਾਤਮਾ ਉੱਤੇ ਛੱਡ ਦਿੰਦੇ ਹੋ ਤੁਹਾਨੂੰ ਐ ਹੁੰਦਾ ਕਿ ਕੋਈ ਚੱਕਰ ਨਹੀਂ ਜਿਹਨੇ ਗਰ ਵੀ ਦਿੱਤਾ ਕੋਈ ਗੱਲ ਨਹੀਂ ਪਰਮਾਤਮਾ ਇਹਨੂੰ ਇਹਨੂੰ ਇਨੀ ਸਮਝ ਦੇਵੇ ਇਆ ਇਹਦੇ ਚ ਨਾ ਪਿਆਰ ਪਾਵੇ ਕਿ ਉਹ ਇਹ ਸਾਰੀਆਂ ਚੀਜ਼ਾਂ ਇਦਾਂ ਕਰ ਸਕਣ ਹੁਣ ਜਦੋਂ ਸ਼ੂਟ ਸ਼ੁਰੂ ਹੋਣਾ ਹੈ ਫਿਲਮਾਂ ਪਾਈਪਲਾਈਨਸ ਕਾਫੀ ਚੀਜ਼ਾਂ ਹੈਗੀਆਂ ਤੁਹਾਡੇ ਹਾਂ ਜੀ ਇਹਦੇ ਲਈ ਕਹਿੰਦੇ ਨੇ ਟੈਕਨੀਕਸ ਤੇ ਧਿਆਨ ਦੇਣਾ ਹੁੰਦਾ ਬੰਦੇ ਨੇ ਜਿਹੜੇ ਬੰਦੇ ਨੇ ਨਿਸ਼ਾਨਾ ਲਾਉਣਾ ਉਹਨਾਂ ਨੇ ਨਿਸ਼ਾਨੇ ਤੇ ਧਿਆਨ ਦੇਣਾ ਆਲੇ ਦੁਆਲੇ ਦਾ ਕੁਝ ਵੀ ਬਹੁਤ ਕੁਝ ਹੁੰਦਾ ਹੈ ਟੈਕਨੀਕ ਤੇ ਧਿਆਨ ਦੇਣ ਲਈ ਕੀ ਕਰਦੇ ਹੋ ਫਿਰ ਟੈਕਨੀਕ ਤੇ ਧਿਆਨ ਦੇਣ ਲਈ ਬਾਜੀ ਮਤਲਬ ਦੇਖੋ ਆਪਣੇ ਕੰਮ ਨੂੰ ਇਹ ਨਾ ਇਹ ਲਾਈਨ ਹੀ ਇਦਾਂ ਦੀ ਹੈ ਇਹ ਕੰਮ ਹੀ ਇਦਾਂ ਦਾ ਜਿੰਨੀ ਚਿਰ ਤੱਕ ਤੁਸੀਂ ਐਕਸਪੀਰੀਅੰਸ ਨਹੀਂ ਨਾ ਕਰੋਗੇ ਉਹਨਾਂ ਚਿਰ ਤੁਸੀਂ ਤੁਸੀਂ ਸਮਝ ਨਹੀਂ ਪਾ ਸਕਦੇ ਕਿ ਤੁਸੀਂ ਕਿੱਦਾਂ ਹੋ ਕਿਵੇਂ ਕਰ ਰਹੇ ਹੋ ਕਿਵੇਂ ਨਹੀਂ ਕਰ ਰਹੇ ਹੈਗੇ ਬਸ ਇਹ ਹੁੰਦਾ ਹੈ ਕਿ ਤੁਸੀਂ ਆਪਦੀ ਸਕ੍ਰਿਪਟ ਪੜੋ ਹਨਾ ਕਿਰਦਾਰ ਤੁਸੀਂ ਦੇਖ ਸਕਦੇ ਹੋ ਇਸ ਆਪਣਾ ਆਪਣੇ ਕਿਰਦਾਰ ਨੂੰ ਸਮਝੋ ਆਪਦੇ ਡਾਇਰੈਕਟਰ ਦੇ ਨਾਲ ਜਿੱਦਾਂ ਵੀ ਹੈ ਹੁਣ ਮੈਂ ਗੱਲ ਕਰਦੇ ਰਹਿਣੀਆਂ ਸਰਨਾ ਸਰ ਆਪਾਂ ਇਹਨੂੰ ਕਿੱਦਾਂ ਕਰ ਸਕਦੇ ਆ ਆ ਚੀਜ਼ ਨੂੰ ਕਿੱਦਾਂ ਕਰ ਸਕਦੇ ਆ ਸੋ ਜਿਹੜੀ ਬੇਸਿਕ ਇੱਕ ਕਹਿ ਦੋ ਕਿ ਉਸ ਚੀਜ਼ ਦੇ ਲਈ ਪ੍ਰੈਪਰੇਸ਼ਨ ਹੁੰਦੀ ਆ ਉਸ ਨਾਲ ਚੀਜ਼ਾਂ ਵੱਲ ਆਪਾਂ ਧਿਆਨ ਦੇਦੇ ਆ ਬਸ ਹਮ ਸ਼ੌਕ ਹੁੰਦੇ ਆ ਹਰ ਬੰਦੇ ਦੇ ਇੱਕ ਕਲਾਕਾਰ ਨੂੰ ਅਦਾਕਾਰ ਨੂੰ ਬਣੇ ਰਹਿਣ ਲਈ ਕਈ ਚੀਜ਼ਾਂ ਹੈਲਪਫੁਲ ਹੁੰਦੀਆਂ ਉਹਦੀਆਂ ਕਿਤਾਬਾਂ ਹੁੰਦੀਆਂ ਸ਼ਾਇਰ ਹੁੰਦੀ ਹੈ ਜਿੰਮ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤੁਹਾਡੀ ਕੀ ਮਦਦਗਾਰ ਹੈ ਮੇਰੀ ਮੈਨੂੰ ਲੱਗਦਾ ਕਿ ਜੇ ਮੈਂ ਕਲਾਕਾਰ ਦੀ ਕਹਾਂਗੇ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਆਪਣੀ ਬੋਡੀ ਨੂੰ ਮਤਲਬ ਆਪਦੇ ਉਸ ਚੀਜ਼ ਨੂੰ ਸੈੱਟ ਰੱਖਦਾ ਬਟ ਬੋਡੀ ਤੋਂ ਪਹਿਲਾਂ ਮੈਨੂੰ ਲੱਗਦਾ ਜੇ ਤੁਹਾਡਾ ਮਨ ਸਹੀ ਹੈ ਨਾ ਤੁਹਾਡਾ ਦਿਮਾਗ ਸਹੀ ਹੈ ਹਨਾ ਤੁਸੀਂ ਥੋੜੇ ਦਿਮਾਗ ਦੇ ਜਿਹੜੀ ਇੱਕ ਕਹਿ ਦੋ ਕਿ ਸੋਚਣ ਦੀ ਔਰ ਕੰਮ ਕਰਨ ਦੀ ਜੇ ਉਹ ਸਹੀ ਚੀਜ਼ ਜਾ ਰਹੀ ਹੈਗੀ ਆ ਤਾਂ ਤਾਂ ਹੀ ਤੁਸੀਂ ਵਧੀਆ ਫੀਲ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਜਿਹੜੀ ਇੱਕ ਸਟਰੈਂਥ ਮਿਲਦੀ ਉਹ ਪੜ੍ਹ ਕੇ ਮਿਲਦੀ ਹੈ। ਕੀ ਕੀ ਬਾਤ ਹੈ। ਕੁੜੀਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ। ਹਮ ਇੰਨਾ ਕਿ ਉੱਥੇ ਜਦੋਂ ਤੁਸੀਂ ਕੋਈ ਤਸਵੀਰ ਅਪਲੋਡ ਕਰਦੇ ਹੋ ਕੋਈ ਵੀਡੀਓ ਪਾਉਂਦੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰਭਾਵਿਤ ਕਰਦੀਆਂ। ਹਾਂਜੀ ਕਮੈਂਟਸ ਵੀ ਹੋਗੇ ਕਈ ਚੀਜ਼ਾਂ ਹੁੰਦੀਆਂ ਉਹ ਪ੍ਰਭਾਵ ਨੂੰ ਕੰਟਰੋਲ ਕਰਨ ਲਈ ਆਪਦੇ ਦਿਮਾਗ ਤੇ ਨਾ ਪਾਵੇ ਦਿਮਾਗ ਤੋਂ ਬਾਅਦ ਚਿਹਰੇ ਤੇ ਨਾ ਆਵੇ ਕੀ ਕਰਦੇ? ਮੈਂ ਦੇਖਦੀ ਨਹੀਂ ਕੀ ਬਾਤ ਹੈ ਮੈਂ ਮੈਂ ਵੇਖਦੀ ਨਹੀਂ ਕਿ ਜੇ ਮੈਨੂੰ ਲੱਗਦਾ ਕਿ ਕੁਝ ਉੱਪਰ ਥੱਲੇ ਕੋਈ ਚੀਜ਼ ਹੈਗੀ ਹੈ ਮੈਂ ਆਪਦੀ ਆਪਦੀ ਉਸ એનર્ਜੀ ਨੂੰ ਆਪਣੇ ਅੰਦਰ ਆਬਜ਼ਰਵ ਨਹੀਂ ਹੁੰਦਿੰਦੀ ਮੈਂ ਉਹਨੂੰ ਬਸ ਛੱਡ ਦੇਣੀ ਆ ਕਿਉਂਕਿ ਭਾਏ ਤੁਸੀਂ ਕਿੰਨਾ ਕੋ ਵੀ ਕਿਸੇ ਨੂੰ ਤੁਸੀਂ ਸਮਝਾ ਸਕਦੇ ਹੋ ਕਿੰਨਾ ਕੋ ਵੀ ਆਪਾਂ ਕਿਸੇ ਨੂੰ ਕਹਿ ਸਕਦੇ ਆਂ ਇਹ ਚੀਜ਼ ਇਦਾਂ ਨਾ ਕਰੋ ਆ ਜੀ ਹਰ ਬੰਦੇ ਦਾ ਆਪਦਾ ਥੋਟ ਆ ਹਰ ਬੰਦੇ ਦਾ ਆਪਣਾ ਇੱਕ ਜ਼ਿੰਦਗੀ ਨੂੰ ਸਮਝਣ ਦਾ ਇੱਕ ਤਜਰਬਾ ਹੈਗਾ ਮੇਰਾ ਮੈਂ ਆਪਦੇ ਆਪ ਨੂੰ ਪ੍ਰੋਟੈਕਟ ਕਰ ਸਕਦੀ ਆ ਮੈਂ ਕਿਸੇ ਨੂੰ ਸਮਝਾ ਨਹੀਂ ਸਕਦੀ ਤੂੰ ਇਦਾਂ ਨਾ ਕਰ ਤੋਦਣ ਕਰ ਮੈਨੂੰ ਪਤਾ ਮੈਨੂੰ ਅਗਰ ਕੋਈ ਚੀਜ਼ ਇਦਾਂ ਕਰੂਗੀ ਤਾਂ ਮੈਂ ਉਸ ਚੀਜ਼ ਦੇ ਦਰਵਾਜ਼ੇ ਕਿਦਾਂ ਬੰਦ ਕਰਨੇ ਨੇ ਆਪਦੇ ਤੱਕ ਨਹੀਂ ਆਉਂਦੇ ਨਹੀਂ ਸੋ ਉਸ ਚੀਜ਼ ਨੂੰ ਮੈਂ ਦੇਖਦੀ ਕਿ ਮੈਂ ਆਪਦੇ ਅੰਦਰ ਕੋਈ ਮਤਲਬ ਨੈਗੇਟਿਵਿਟੀ ਜਾਂ ਕੋਈ ਕਮੈਂਟ ਜਾਂ ਕੁਝ ਜੇ ਮੈਂ ਕੋਈ ਚੀਜ਼ ਵੇਖਣੀ ਵੀ ਹੈ ਤਾਂ ਮੈਨੂੰ ਇਹ ਹੁੰਦਾ ਕਿ ਮੈਂ ਕੁਝ ਵਧੀਆ ਚੀਜ਼ ਵੇਖਾਂ ਸੋਸ਼ਲ ਮੀਡੀਆ ਤੇ ਵੀ ਕੁਝ ਵਧੀਆ ਚੀਜ਼ ਦੇਖਾਂ ਜਿੰਨਾਂ ਨਾਲ ਮੈਨੂੰ ਐ ਲੱਗੇ ਕਿ ਅੱਛਾ ਮੈਂ ਕੁਝ ਸਿੱਖਿਆ ਹੈਗਾ ਰੋਲ ਮਾਡਲ ਕਿ ਨੂੰ ਮੰਨਦੇ ਆਪਦੇ ਆਪ ਨੂੰ ਕੀ ਬਾਤ ਹੈ ਹਮ ਮਾਂ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਬੱਚੇ ਹੈ ਜਿਹੜੇ ਜਿਹਨਾਂ ਨੂੰ ਪਲਕਾਂ ਨਾਲ ਮਿੰਕੇ ਵੱਡਾ ਕਰਦੀ ਹੈ ਹਮ ਉਹਨੂੰ ਜਦੋਂ ਵੱਡੇ ਪਰਦੇ ਤੇ ਦੇਖੂਗੀ ਜਾਂ ਤੁਹਾਡੀਆਂ ਅਚੀਵਮੈਂਟਸ ਦੇਖਦੇ ਨੇ ਸੋਸ਼ਲ ਮੀਡੀਆ ਤਮਾਮ ਘਟ ਵੀ ਆਦੀਆਂ ਮੇਰੀ ਮੰਮੀ ਬਹੁਤ ਜ਼ਿਆਦਾ ਦੇ ਦਿਆ ਨਹੀਂ ਚਲੋ ਉਹਨਾਂ ਦੇ ਤਰੀਕੇ ਜਿਹੜੇ ਪਿਛਲੀ ਪੀੜ੍ਹੀ ਦੇ ਦੇਖਣ ਦੇ ਹੋਰ ਹੈ ਸਾਡੇ ਤਰੀਕੇ ਹੋਰ ਹੈ ਹਾਂਜੀ ਮਾਂ ਨੂੰ ਕਿਹੜੀ ਗੱਲ ਤੇ ਤਸੱਲੀ ਹੁੰਦੀ ਹੈ ਫੋਨ ਕਰਦੀ ਆ ਉਹ ਵੀ ਆ ਐਨ ਕਰਨਾ ਸੀ ਆ ਐਨ ਕਰਨਾ ਸੀ ਕਦੇ ਹੈ ਇਸ ਤਰ੍ਹਾਂ ਦਾ ਵੀ ਮੈਨੂੰ ਐ ਲੱਗਦਾ ਮੇਰੀ ਮੰਮੀ ਬਹੁਤ ਜ਼ਿਆਦਾ ਇਨੋਸੈਂਟ ਹਨ ਉਹਨਾਂ ਨੂੰ ਉਹਨਾਂ ਨੂੰ ਜਦੋਂ ਮੈਂ ਬਹੁਤ ਘੱਟ ਸੋਸ਼ਲ ਮੀਡੀਆ ਤੇ ਰਹਿਣਾ ਪ੍ਰਿਫਰ ਕਰਦੀ ਆ ਜੇ ਸ਼ਾਇਦ ਅੱਜ ਸੋਸ਼ਲ ਮੀਡੀਆ ਦਾ ਟਾਈਮ ਨਾ ਹੁੰਦਾ ਤਾਂ ਸ਼ਾਇਦ ਮੈਂ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਨਾ ਦਿਖਦੀ ਪਰ ਮੇਰੀ ਮੰਮੀ ਨੂੰ ਜ਼ਿਆਦਾ ਉਸ ਚੀਜ਼ ਦੀ ਇੱਕ ਉਹ ਹੁੰਦੀ ਹੈ ਕ੍ਰੀਵਿੰਗ ਤੂੰ ਆ ਸੂਟ ਦੇ ਵਿੱਚ ਆ ਇਦਾਂ ਫੋਟੋ ਪਾ ਤੂੰ ਇਦਾਂ ਰੀਲ ਪਾ ਕੀ ਬਾਤ ਹੈ ਤੇ ਉਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਮਤਲਬ ਐ ਹੁੰਦਾ ਕਿ ਤੂੰ ਐ ਕਰਿਆ ਕਰ ਤੂੰ ਉਹ ਕਰਿਆ ਕਰ ਸੋ ਜਿਹੜੀ ਮੂਵੀ ਹੈ ਮੂਵੀ ਦਾ ਪੋਸਟਰ ਜਦੋਂ ਮੰਮੀ ਨੇ ਦੇਖਿਆ ਸੀ ਮੰਮੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੰਮੀ ਬਹੁਤ ਜ਼ਿਆਦਾ ਐਕਸਾਈਟਡ ਹੈ ਕਹਿਣੇ ਇੱਕ ਆਰਟਿਸਟ ਨੂੰ ਆਖਰੀ ਸਵਾਲ ਹੈ ਮੇਰਾ ਜੇ ਤੁਸੀਂ ਮੂਵੀ ਚੁੰਦਾ ਉਹ ਫਿਲਮ ਚੁੰਦਾ ਆਪ ਦਾ ਕਰੈਕਟਰ ਚੁੰਦਾ ਅੰਦਰੋਂ ਇੱਕ ਚਿੰਗ ਹੁੰਦੀ ਹੈ ਵੀ ਆਹ ਰੋਲ ਮੇਰੇ ਲਈ ਬਣਿਆ ਇਹ ਚੁਣਨ ਲਈ ਤੁਸੀਂ ਕੀ ਕਰਦੇ ਹੋ ਮੈਂ ਇਦਾਂ ਕਦੇ ਸੋਚਦੀ ਨਹੀਂ ਭਾਜੀ ਕਿ ਮਤਲਬ ਇਹ ਮੇਰੇ ਲਈ ਬਣਿਆ ਇਦਾਂ ਮੈਨੂੰ ਐ ਲੱਗਦਾ ਕਿ ਅਗਰ ਮੈਂ ਇਹ ਕਰਦੀ ਆ ਨਾ ਤੇ ਮੈਂ ਆਪਦੇ ਅੰਦਰ 100% ਦੇਣਾ ਤਾਂ ਕਿ ਇਹਦੇ ਚ ਉਹ ਚੀਜ਼ ਇਦਾਂ ਲੱਗੇ ਦੇਖਣ ਵਾਲੇ ਨੂੰ ਇਦਾਂ ਲੱਗੇ ਕਿ ਇਹ ਵਾਕਈ ਜੀ ਉਹੀ ਕਰਦਾਰ ਹੈ ਇਹ ਦੀਪਨੀ ਸੋ so, ਆਵਦਾ 100% ਦੇਣਾ ਉਸ ਕਿਰਦਾਰ ਦੇ ਵਿੱਚ ਸ਼ੁਭ ਤਮਾਣ ਤੁਹਾਡੇ ਸਫਰ ਦੇ ਆਗਾਜ਼ ਦੀਆਂ ਸ਼ੁਭ ਸ਼ਾਵਾ ਸ਼ੁਭ ਦੁਆਵਾਂ ਤੁਹਾਨੂੰ ਤੇ ਆਉਣ ਵਾਲੇ ਦਿਨਾਂ ਸਾਲਾਂ ਚ ਅਸੀਂ ਤੁਹਾਨੂੰ ਹੋਰ ਵੱਡਾ ਹੁੰਦਾ ਦੇਖੀ ਟਾਈਮ ਦਿੱਤਾ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ so much ਬਾਜੀ ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਥੈਂਕ ਯੂ ਧੰਨਵਾਦ ਦੀਪ ਸੈਗਲ ਨਾਲ ਗੱਲਬਾਤ ਕਰਕੇ ਚੰਗਰਗੇ ਨਵੇਂ ਪੱਤੇ ਐ ਨਵੀਆਂ ਕ੍ਰੰਬਲਾਂ ਜੀ ਨੂੰ ਕਹਿੰਦੇ ਫੁੱਟੀਆਂ ਫੁੱਟਣੀਆਂ ਚਾਹੀਦੀ ਕੁਦਰਤ ਦਾ ਇਹ ਦਸਤੂਰ ਹੈ ਤੇ ਇਹ ਸਿਨੇਮਾ ਜਿਹੜਾ ਇਨ ਬੱਚਿਆਂ ਦਾ ਜੇ ਹੌਂਸਲਾ ਵੱਡਾ ਹੋਊਗਾ ਉੰਨੀ ਹੀ ਸਕੂਨ ਦਾ ਸਫਰ ਇਹ ਬਾਹਰ ਲੈ ਕੇ ਜਾਣਗੇ ਤੇ ਨਵੇਂ ਲੋਕਾਂ ਨੂੰ ਜਿਵੇਂ ਅੱਖਣ ਦੀ ਨਵੀਂ ਜਿਹੜੀ ਪਿਰਤ ਹੈ ਉਹ ਪੈਂਦੀ ਰਹੂਗੀ ਦਿਓ ਜਦੋਂ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ